ਤੇਰਾ ਤੁਸੀਂ ਕਿਹਾ ਮੈਂ ਹੀ ਗਿਆ ਨਹੀਂ ਨਹੀਂ ਸੁਣ ਲੈ ਹਾਂਜੀ ਹਾਂਜੀ ਐਵੇਂ ਧੱਕੇ ਨਾਲ ਨਾ ਕਰੋ ਗੱਲ ਚਲ ਇਕਲੌਤਾ ਮੁਖੀ ਆ ਉਹ ਜਿਹੜਾ ਇਕਲੌਤਾ ਲੀਡਰ ਜਿਹੜਾ ਜੇਲ ਚ ਆਇਆ ਜਿਹੜੀ ਬੇਲ ਨਹੀਂ ਹੁੰਦੀ ਸਾਰੀ ਪੁਲਿਸ ਉੱਥੇ ਆ ਕੇ ਬਹਿ ਜਾਂਦੀ ਮੈਨੂੰ ਬੇਲ ਨਾ ਦਿਓ ਯਾਰ ਇਹਨੂੰ ਵੀ ਭੇਜ ਦਿੰਦੇ ਚਲੋ ਛੱਡੋ ਬ੍ਰਿੰਗਮ ਤੋਂ ਐ ਲੱਗਦਾ ਜਦੋਂ ਪੰਜਾਬੀ ਬੋਲਦਾ ਮਾਝੇ ਦਾ ਲੱਗਦਾ ਵੀ ਇਹਦੇ ਮੋਢਿਆਂ ਦੇ ਭਾਰ ਆ ਇੱਕ ਲੱਖ ਰਾਲੀ ਤੇ ਕਹੀ ਤੁਸੀਂ ਉਹ ਦੇ ਦਿਓ ਮੈਨੂੰ ਪਹਿਲਾਂ ਆਪਾਂ ਤੁਸੀਂ ਸ਼ੰਭੂ ਮੋਰਚੇ ਵੀ ਆਏ ਹਨਾ ਦੀਪ ਸਿੱਧੂ ਇੱਕ ਮਿੰਟ ਬਾਈ ਜੀ ਰੁਕ ਜਾਓ ਤੁਸੀਂ ਸ਼ੰਭੂ ਮੋਰਚੇ ਵੀ ਆਏ ਨਾ ਉੱਥੇ ਦੀਪ ਸਿੱਧੂ ਦੇ ਬਾਅਦ ਚ ਤੁਸੀਂ ਤੁਹਾਡੀਆਂ ਫੋਟੋਆਂ ਦਿਖਾ ਦਿੰਦੇ ਹੋਣਗੀਆਂ ਮੁੰਡਿਆਂ ਤੋਂ ਮੇਰੀ ਗੱਲ ਸੁਣੋ ਗੱਡੀਆਂ ਤੇ ਆਪਣੇ ਬਾਈ ਉੱਥੇ ਸੀਗੇ ਹੁਣ ਉਹ ਬੰਦਾ ਜੇਲ੍ਹ ਚ ਆ ਮੁਖੀ ਆ ਉਹ ਤੁਸੀਂ ਪਹਿਲਾਂ ਮੇਰੀ ਗੱਲ ਸੁਣੋ ਇਕਲੌਤਾ ਮੁਖੀ ਆ ਉਹ ਜਿਹੜਾ ਇਕਲੌਤਾ ਲੀਡਰ ਜਿਹੜਾ ਜੇਲ੍ਹ ਚ ਆਇਆ ਜਿਹਦੀ ਬੇਲ ਨਹੀਂ ਹੁੰਦੀ ਸਾਰੀ ਪੁਲਿਸ ਉੱਥੇ ਆ ਕੇ ਬਹਿ ਜਾਂਦੀ ਮੈਨੂੰ ਬੇਲ ਨਾ ਦਿਓ ਯਾਰ ਇਹਨੂੰ ਵੀ ਭੇਜ ਦਿੰਦੇ ਲੱਖੇ ਨੂੰ ਬੰਦਾ ਗਲਤ ਹੈ ਕਿ ਸਹੀ ਆ ਰਸਤਾ ਬੰਦਾ ਅਸੀਂ ਤੁਸੀਂ ਬਜ਼ੁਰਗ ਸਾਡੇ ਬੰਦਾ ਸਾਰਾ ਪੰਜਾਬ ਸੀ ਉਹਦੇ ਚ ਗਰੇਵਾਲ ਕੁਛ ਹੋਰ ਸਾਰੇ ਸਿੰਗਰ ਉਹਦੇ ਸਮੁੱਚਾ ਪੰਜਾਬ ਬੰਦ ਸੀ ਅਸੀਂ ਪੰਜਾਬ ਬੰਦ ਤੇ ਗਏ ਸੀ ਮੈਂ ਇਹਨੂੰ ਥੋੜੀ ਮਿਲਣ ਗਿਆ ਸੀ ਨਹੀਂ ਫਿਰ ਤੁਸੀਂ ਤਾਂ ਮੈਂ ਗਿਆ ਹੀ ਨਹੀਂ ਮੇਰੀ ਗੱਲ ਸੁਣ ਠੀਕ ਹੈ ਮੈਂ ਗਿਆ ਹੀ ਨਹੀਂ ਹੁਣ ਇੱਥੇ ਸਾਰੇ ਬੰਦੇ ਆ ਉੱਥੇ ਇੱਕ ਮੁੰਡਾ ਮੁੰਡਾ ਕੀ ਕਹਿੰਦੇ ਸੀ ਇਹਦਾ ਮਤਲਬ ਮੈਂ ਇੱਥੇ ਪਲਾਨੇ ਬੰਦੇ ਨੂੰ ਮਿਲਣਾ ਹੈ ਇਹਦਾ ਇਹਦਾ ਕਹਿੰਦੇ ਸੀ ਪੜਿਆ ਲਿਖਿਆ ਜਦੋਂ ਇੰਗਲਿਸ਼ ਬੋਲਦਾ ਲੱਗਦਾ ਬ੍ਰਿੰਗਮ ਤੋਂ ਐ ਲੱਗਦਾ ਜਦੋਂ ਪੰਜਾਬੀ ਬੋਲਦਾ ਮਾਝੇ ਦਾ ਲੱਗਦਾ ਵੀ ਇਹਦੇ ਮੋਢਿਆਂ ਦੇ ਭਾਰ ਆ ਇੱਕ ਲੱਖ ਰਾਲੀ ਤੇ ਕਹੀ ਤੁਸੀਂ ਉਹ ਦੇ ਦਿਓ ਜੋ 25 ਨੂੰ ਹੋਇਆ ਇੱਥੇ ਸਟੇਜ ਉਸ ਤਰੀਕੇ ਨਾਲ ਉੱਥੇ ਜਾ ਕੇ ਬੰਦੇ ਭੱਜ ਗਏ ਸੀ ਇੱਕ ਵਾਰੀ ਇਹ ਤਾਂ ਤੁਹਾਨੂੰ ਪਤਾ ਹੀ ਬੁੱਧੀ ਜੀ ਦੇ ਢਾਲਿਆ ਮੁੰਡਿਆਂ ਨੇ ਭਾਈ ਹੁਣ ਨਾ ਬੋਲ ਪੇ।